Hello. Tanala versus Arnibala, Jaito versus Malsar, Kanga versus Mysir Khanna, Giddar versus Gurusar, Harike Kala versus Alike, Khara versus Pandigrai, Kolia versus Modgi, Nali, Samal Akal Sar versus Gildiwala, Bariwala versus Vada Paika, Badia versus Thandewala, Nali Mandi da Khedda Yana Meridu, ਇਸ ਮੈਚ ਦੇ ਵਿੱਚ ਰੌਂਤੇ ਦੀ ਟੀਮ ਜੇਤੂ ਰਹੀ ਹੈ ਜਿਹੜੀਆਂ ਕੁੜੀਆਂ ਚਿੱਟੀ ਕਿੱਟ ਦੇ ਵਿੱਚ ਖੇਡਦੀਆਂ ਸੀ ਇਹ ਟੀਮ ਜੇਤੂ ਰਹੀ ਹੈ ਅਰਨੀਵਾਲਾ ਆ ਗਈ ਤਨਾਲਾ ਕੇ ਅਰਨੀਵਾਲਾ ਅਰਨੀਵਾਲਾ ਤਨਾਲਾ ਦੋਨਿਆਂ ਨਾਲ ਤਨਾਲਾ ਟੀਮ ਆ ਗਈ ਹੱਥ ਖੜਾ ਕਰੋ ਤਨਾਲਾ ਮਿਹਰਬਾਨੀ ਮੈਂ ਪਹਿਲਾਂ ਵੀ ਅਨਾਉਂਸ ਕੀਤਾ ਸੀ ਬਿਨਾ ਕਬੱਡੀ ਤੋਂ ਬਿਨਾ ਹੋਰ ਕੋਈ ਗੇਮ ਜਿਹੜੀ ਨਹੀਂ ਕੀਤੀ ਜਾਊਗੀ ਕਬੱਡੀ ਤੋਂ ਬਿਨਾ ਕੋਈ ਵੀ ਗੇਮ ਨਹੀਂ ਕੀਤੀ ਜਾਊਗੀ ਕੋਈ ਵੀ ਵਿਅਕਤੀਗਤ ਕਰਤੱਵ ਜਿਹੜਾ ਨਹੀਂ ਕੀਤਾ ਜਾਊਗਾ ਕਬੱਡੀ ਤੋਂ ਬਿਨਾ ਸਿਰਫ ਕਬੱਡੀ ਓਨਲੀ ਕਬੱਡੀ ਇਹਨਾਂ ਨੂੰ ਕਹੋ ਨਾ ਜਾਂ ਤਾਂ ਉੱਥੋਂ ਲਾ ਕੇ ਨਾ ਆਇਆ ਕਰੋ ਦੋਨਾਂ ਦੇ ਲੱਗੇ ਤੁਸੀਂ ਬਿਸਲਾ ਮਾਰੋ ਨਹੀਂ ਰੇਡਾ ਪਾਉਂਦੇ ਤਾਂ ਟੀਮਾਂ ਕੱਟੋ ਇੰਨਾ ਟਾਈਮ ਆਪਣੇ ਕੋਲ ਕਿੱਥੇ ਹੈ ਤੁਸੀਂ ਇਹਨਾਂ ਦਾ ਮੈਚ ਨਾਲ ਦੀ ਨਾਲ ਸਟਾਰਟ ਕਰਾਉਣਾ ਹੈ ਵੈਸਲੀਨ ਦੋਨਾਂ ਟੀਮਾਂ ਦੇ ਰੇਡਰਾਂ ਦੀ ਲੱਗੀ ਹੁੰਦੀ ਹੈ ਇੱਕ ਦੇ ਨਹੀਂ ਲੱਗੀ ਹੁੰਦੀ ਦੋਨਾਂ ਟੀਮਾਂ ਦੀ ਲੱਗੀ ਹੁੰਦੀ ਹੈ ਬਰਾਬਰ ਜਿਹਦੇ ਘੱਟ ਲੱਗੀ ਉਹਨੂੰ ਆਪਾਂ ਮੰਗਵਾ ਦਿੰਦੇ ਹਾਂ ਉਹ ਹੋਰ ਲਾ ਲਿਆ ਕਰਨ ਪੂੰਝਣ ਦਾ ਟਾਈਮ ਆਪਣੇ ਕੋਲ ਹੈ ਨਹੀਂ ਜਿਹਦੇ ਘੱਟ ਲੱਗੀ ਹੋਊ ਉਹਨੂੰ ਆਪਾਂ ਦੇ ਦਾਂਗੇ ਉਹ ਲਾ ਲਿਆ ਆਪਦੀ ਹੈਗੀ ਆਪਣੇ ਕੋਲ ਡੱਬਾ ਲਿਆਂਦਾ ਵਾ ਜਿਹਦੇ ਘੱਟ ਲੱਗੀ ਹੋਈ ਉਹ ਸਾਥੋਂ ਲੈ ਲਿਓ ਇੰਨਾ ਟਾਈਮ ਹੈ ਨਹੀਂ ਆਪਣੇ ਕੋਲ ਪਹਿਲਾਂ ਉੱਥੋਂ ਲਾਉਣ ਤੇ ਮੰਨ ਤੇ ਟਾਈਮ ਲਾਉਂਦੇ ਇੱਥੇ ਲਾਉਣ ਤੇ ਟਾਈਮ ਲਾਉਂਦੇ ਆ ਲਓ ਮੈਚ ਮੈਚ ਧਨੌਲਾ ਵਰਸਿਜ ਅਰਨੀਵਾਲੀ ਦੀਆਂ ਟੀਮਾਂ ਦਾ ਹੈ ਸਕੂਲ ਵਾਲੀ ਸਾਈਡ ਜਿਹੜੀ ਟੀਮ ਅਰਨੀਵਾਲਾ ਫੁੱਲੂ ਖੇੜੇ ਦੀ ਟੀਮ ਖੇਡਦੀ ਔਰ ਪਿੰਡ ਵਾਲੀ ਸਾਈਡ ਜਿਹੜੀ ਟੀਮ ਖੇਡਦੀ ਹੈ ਧਨੌਲੇ ਦੀ ਟੀਮ ਜਿਹੜੀ ਪਿੰਡ ਵਾਲੀ ਸਾਈਡ ਹੈ ਇਸ ਤੋਂ ਅਗਲਾ ਮੈਚ ਜੈਤੋ ਵਰਸਿਜ ਸਮਾਲਸਰ ਦੀਆਂ ਟੀਮਾਂ ਦਾ ਖੇਡਿਆ ਜਾਣਾ ਇਹ ਟੀਮਾਂ ਗਰਾਊਂਡ 'ਚ ਆਉਣ ਨਾਲ ਹੀ ਕਾਂਗਾ ਵਰਸਿਜ ਮੈਸਰ ਖਾਨਾ ਗਿੱਦੜ ਵਰਸਿਜ ਗੁਰੂਸਰ ਹਰੀਕੇ ਕਲਾਂ ਤੇ ਅਲੀਕੇ ਜੇ ਟੀਮਾਂ ਨੇ ਖੇਡਣਾ ਇਹ ਟੀਮਾਂ ਆਪਣੇ ਆਪਣੇ ਤਿਆਰ ਰੱਖਣਗੀਆਂ ਲਓ ਖੇਡ ਮੈਦਾਨ ਵਿੱਚ ਦੇਖਣਾ ਵੀ ਇਸ ਵੇਲੇ ਵੱਜੀ ਹੋਈ ਕੈਂਚੀ ਇੱਕ ਅੰਕ ਦਾ ਵੱਧ ਧਨੌਲੇ ਦੀ ਟੀਮ ਦੇ ਲਈ ਤੇ ਚੂਹੜ ਚੱਕ ਦਾ ਪੱਪੂ ਤੇ ਜਗਤਾਰ ਧਨੌਲੇ ਦਾ ਰੌਂਤੇ ਵਾਲਾ ਫੌਜੀ ਕਹਿੰਦੇ ਜ਼ੋਰ ਦਿਖਾਉਂਦੇ ਡੌਲੇ ਦਾ ਮੇਜਰ ਤੀਰ ਤਕਾਕਲ ਜੱਫੇ ਲਾ ਕੇ ਢਾਉਂਦੇ ਨੇ ਖੇਡ ਕਬੱਡੀ ਵਿੱਚ ਪੰਜਾਬੀ ਜ਼ੋਰ ਦਿਖਾਉਂਦੇ ਨੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਨਜ਼ਾਰਾ ਮੇਰੀ ਵੀਡੀਓ ਅੱਜ ਆਪਾਂ ਦੇਖਦੇ ਹਾਂ ਤਰਖਾਣ ਵਾਲੇ ਦੀ ਇਹਨਾਂ ਖੇਡ ਗਰਾਊਂਡਾਂ ਵਿੱਚ ਮਾਤਾ ਸ਼ੇਰਾ ਵਾਲੀ ਸਪੋਰਟਸ ਕਲੱਬ ਦੀ ਤਰਫੋਂ ਅੱਜ ਦਾ ਇਹ ਵਿਸ਼ਾਲ ਕਬੱਡੀ ਖੇਡ ਮੇਲਾ ਜਿਹੜਾ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਲਓ ਸਾਹਮਣੇ ਦੇਖਣਾ ਵੀ ਇਸ ਵੇਲੇ ਧਨੌਲੇ ਵਾਲੇ ਗੱਭਰੂ ਦੀ ਕਬੱਡੀ ਹੈ ਇਧਰਲੇ ਪਾਸੇ ਚਾਰ ਜਾਫੀ ਅਰਨੀ ਵਾਲੇ ਦੀ ਧਰਤੀ ਦੇ
ਕਿਹੜਾ ਖਿਡਾਰੀ ਹੁਣ ਵੱਧ ਪੇਸ਼ ਕਰਦਾ ਆਪਣੀ ਟੀਮ ਦੇ ਲਈ ਇਹ ਤੇ ਸਮਾਂ ਦੱਸੇਗਾ ਵੀ ਉਧਰ ਡਬਲ ਟੱਚ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਅੰਕ ਰੇਡਰ ਦੇ ਹਿੱਸੇ ਦੇ ਵਿੱਚ ਅੱਗ ਗਿਆ ਇੱਕ ਅੰਕ ਦਾ ਵਾਧਾ ਕੀਤਾ ਆਪਣੀ ਟੀਮ ਦੇ ਲਈ ਧਨੌਲੇ ਵਾਲੇ ਗੱਭਰੂ ਨੇ ਹਰਪ੍ਰੀਤ ਇਹਦੇ ਪਾਸੇ ਸੰਦੀਪ ਸਿੰਘ ਨਾਮ ਹੈ ਇਸ ਧਾਵੀ ਦਾ ਮੇਰੀ ਵੀਰੋ ਵੱਧ ਕਬੱਡੀ ਜਿਹੜੀ ਪਾਈ ਹੈ ਸੰਦੀਪ ਚਾਰ ਜਾਫੀਆਂ ਤੇ ਬੋਲ ਦਾ ਹਮਲਾ ਉਧਰ ਧਨੌਲੇ ਦਾ ਗੱਭਰੂ ਲਓ ਦੇਖਣਾ ਵੀ ਅੰਕ ਜਿਹੜਾ ਜਾਫੀ ਦਾ ਇਹ ਪੁਆਇੰਟ ਧਨੌਲੇ ਦੀ ਟੀਮ ਦੇ ਹਿੱਸੇ ਦੇ ਵਿੱਚ ਅੱਡ ਉੜਿਆ ਹੈ ਜੈਤੋ ਵਰਸਿਸ ਸਮਾਲਸਰ ਦੀਆਂ ਟੀਮਾਂ ਦਾ ਦੂਜਾ ਮੈਚ ਆ ਇਹ ਟੀਮਾਂ ਜਿਹੜੀਆਂ ਗਰਾਊਂਡ ਵਿੱਚ ਆ ਜਾਣ ਕਾਂਗਾ ਵਰਸਿਸ ਮੈਸਰ ਖਾਨੇ ਦੀਆਂ ਟੀਮਾਂ ਵੀ ਕਬੱਡੀ ਓਪਨ ਦੀਆਂ ਤਿਆਰੀ ਫੜ ਲੈਣ ਗਿੱਦੜ ਵਰਸਿਸ ਗੁਰੂਸਰ ਹਰੀਕੇ ਕਲਾਂ ਵਰਸਿਸ ਅਲੀਕੇ ਖਾਰਾ ਵਰਸਿਸ ਪੰਜ ਗਰਾਈਂ ਦੀਆਂ ਟੀਮਾਂ ਨੇ ਖੇਡਣਾ ਘੋਲੀਆ ਵਰਸਿਸ ਮੁਦਕੀ ਅਕਾਲਸਰ ਵਰਸਿਸ ਗਿਲਜੇ ਵਾਲੀ ਦੀਆਂ ਟੀਮਾਂ ਨੇ ਖੇਡਣਾ ਬਰੀਵਾਲਾ ਵਰਸਿਸ ਵਾੜਾ ਭਾਈਕਾ ਬਾਦੀਆਂ ਤੇ ਥਾਂਦੇ ਵਾਲਾ ਮੂਲਿਆਂ ਵਾਲੀ ਵਰਸਿਸ ਦੋਦੇ ਦੀਆਂ ਟੀਮਾਂ ਨੇ ਖੇਡਣਾ ਕੋਟ ਭਾਈ ਤੇ ਜੰਡਾ ਵਾਲਾ ਗੁੰਝੂਕੇ ਦੀਆਂ ਟੀਮਾਂ ਨੇ ਖੇਡਣਾ ਇਹ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣ ਜਲਦੀ ਦੇ ਨਾਲ ਲਓ ਖੇਡ ਮੈਦਾਨ ਵਿੱਚ ਫਿਰ ਇਸ ਵੇਲੇ ਨਵਜਨ ਅਰਨੀ ਵਾਲੀ ਦੀ ਧਰਤੀ ਦਾ ਖੇਡ ਮੈਦਾਨ ਵਿੱਚ ਵੱਧ ਕਬੱਡੀ ਪਾਵਾਂ ਹੋਇਆ ਉਧਰਲੇ ਪਾਸੇ ਨਵਜਨ ਧਨੌਲੇ ਵਾਲਾ ਜ਼ਿਲ੍ਹਾ ਬਰਨਾਲੇ ਦੀ ਧਰਤੀ ਦਾ ਲਓ ਵੱਧ ਕੋਸ਼ਿਸ਼ ਕਰਦਾ ਖੇਡ ਮੈਦਾਨ ਵਿੱਚ ਲੱਗਾ ਜ਼ੋਰ ਗੱਭਰੂਆਂ ਦਾ ਉੱਡੀ ਹੋਈ ਦੂਣ ਲਓ ਇਸ ਵੇਲੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਅੰਕ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਕਿ ਖੇਡ ਖੇਡਾਂ ਵਿੱਚੋਂ ਵੱਡੀ ਜੀ ਨੂੰ ਆਖਦੇ ਕਬੱਡੀ ਖੇਡੀ ਜਾਂਦੀ ਲਾ ਕੇ ਪੂਰਾ ਤਾਨ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਪੰਜਾਬੀਆਂ ਦੀ ਸ਼ਾਨ ਹੈ ਮਾਂ ਖੇਡ ਕਬੱਡੀ ਜਿੱਥੇ ਪੰਜ ਵਿਸ਼ਵ ਕੌਡੀ ਕੱਪ ਕਰਵਾਏ ਭਾਰਤ ਇੰਡੀਆ ਗੌਰਮੈਂਟ ਨੇ ਪੰਜਾਬ ਗੌਰਮੈਂਟ ਨੇ ਮੇਰੀ ਵੀਰੋ ਕਹਿੰਦੇ ਪੰਜ ਵਿਸ਼ਵ ਕੌਡੀ ਕੱਪ ਕਰਵਾ ਕੇ ਇਸ ਪੰਜਾਬੀਆਂ ਦੀ ਮਾਂ ਖੇਡ ਨੂੰ ਪੂਰੀ ਦੁਨੀਆਂ ਭਰ ਦੇ ਨਕਸ਼ੇ ਤੇ ਲਿਆਂਦਾ ਅੱਜ ਦੁਨੀਆਂ ਦੇ ਵੱਖ ਵੱਖਰੇ ਮੁਲਕ ਜਿਹੜੇ ਇਸ ਖੇਡ ਨੂੰ ਖੇਡਦੇ ਲਓ ਦੇਖ ਲੈ ਵੀ ਖੇਡ ਮੈਦਾਨ ਵਿੱਚ ਇਸ ਵੇਲੇ ਜਾਂਦਾ ਧੂਣਾ ਪੜਦਾ ਗੱਭਰੂ ਪੁਆਇੰਟ ਧਾਵੀ ਦਾ ਅੰਕ ਰੇਡਰ ਦੇ ਹਿੱਸੇ ਦੇ ਵਿੱਚ ਅੱਡ ਉੜਿਆ ਅਗਲਾ ਮੈਚ ਜੈਤੋ ਵਰਸਿਸ ਮੇਰੀ ਵੀਰੋ ਸਮਾਲਸਰ ਦੀਆਂ ਟੀਮਾਂ ਨੇ ਖੇਡਣਾ ਇਹ ਟੀਮਾਂ ਤਿਆਰ ਹੋ ਕੇ ਗਰਾਊਂਡ ਦੇ ਵੱਲ ਆ ਜਾਣ ਬਹੁਤਾ ਸਮਾਂ ਕਿਸੇ ਵੀ ਟੀਮ ਨੂੰ ਨਹੀਂ ਦਿੱਤਾ ਜਾਣਾ ਉਡੀਕਣ ਵਾਸਤੇ ਸੋ ਬੇਨਤੀ ਹੈ ਜਲਦੀ ਟੀਮਾਂ ਜਿਹੜੀਆਂ ਗਰਾਊਂਡ ਦੇ ਵੱਲਾਂ ਨੂੰ ਜੈਤੋ ਵਰਸਿਸ ਸਮਾਲਸਰ ਸਾਢੇ ਤਿੰਨ ਦੇ ਕਰੀਬ ਜਿਹੜਾ ਸਮਾਂ ਹੋ ਚੁੱਕਿਆ ਕਿਸੇ ਵੀ ਟੀਮ ਦਾ ਪ੍ਰਬੰਧਕ ਆਖਦੇ ਵੀ ਮੈਚ ਜਿਹੜਾ ਅੱਗੇ ਪਿੱਛੇ ਨਹੀਂ ਕੀਤਾ ਜਾਣਾ ਸਾਡੀਆਂ ਮਜਬੂਰੀਆਂ ਹੈ ਕਿਉਂਕਿ ਅਸੀਂ ਟਾਈਮ ਦੇ ਨਾਲ ਹੀ ਜਿਹੜਾ ਟੂਰਨਾਮੈਂਟ ਸਮਾਪਤ ਕਰਨਾ ਜ਼ਿਆਦਾ ਹਨੇਰਾ ਨਹੀਂ ਕਰਨਾ ਇਸ ਕਰਕੇ ਟੀਮਾਂ ਜਿਹੜੀਆਂ ਕਰਮਵਾਰ ਆਪਣੇ ਮੈਚਾਂ ਦੀ ਤਿਆਰੀ ਕਰ ਲੈਣ ਜੈਤੋ ਵਰਸਿਸ ਸਮਾਲਸਰ ਦਾ ਅਗਲਾ ਮੈਚ ਖੇਡਿਆ ਜਾਣਾ ਲਓ ਖੇਡ ਮੈਦਾਨ ਵਿੱਚ ਧਨੌਲੇ ਵਾਲੇ ਗੱਭਰੂ ਦੀ ਪਾਈ ਹੋਈ ਕਬੱਡੀ ਦੇ ਉੱਪਰ ਨਵਜਨ ਵੱਧ ਕੋਸ਼ਿਸ਼ ਕਰਦਾ ਪਰ ਪੁਆਇੰਟ ਧਾਵੀ ਦਾ ਜੈਤੋ ਦੀ ਟੀਮ ਜਿਹੜੀ ਆ ਗਈ ਹੈ ਸਮਾਲਸਰ ਮੇਰੀ ਬੇਨਤੀ ਹੈ ਜਿੰਨੀ ਦੇਰ ਦੋ ਟੀਮਾਂ ਖੇਡ ਰਹੀਆਂ ਹੈ ਉਨੀ ਦੇਰ ਕੋਈ ਤੀਜੀ ਟੀਮ ਗਰਾਊਂਡ 'ਚ ਨਾ ਜਾਵੇ ਬਾਹਰ ਵਾਰਮ ਅਪ ਹੋ ਜਾਵੇ ਕਿਉਂਕਿ ਬਾਹਰ ਬਹੁਤ ਜਗ੍ਹਾ ਪਈ ਹੈ ਗਰਾਊਂਡ ਦੇ ਜਿੰਨੀ ਦੇਰ ਦੋ ਟੀਮਾਂ ਖੇਡਣਗੀਆਂ ਉਨੀ ਦੇਰ ਹੋਰ ਕੋਈ ਵੀ ਟੀਮ ਜਿਹੜੀ ਗਰਾਊਂਡ 'ਚ ਨਾ ਆਵੇ ਹੱਥ ਜੋੜ ਕੇ ਬੇਨਤੀ ਹੈ ਜਦੋਂ ਮੈਚ ਸਮਾਪਤ ਹੋਵੇਗਾ ਉਦੋਂ ਹੀ ਟੀਮਾਂ ਨੇ ਗਰਾਊਂਡ 'ਚ ਆਉਣਾ ਹੈ
ਦਾ ਇਧਰਲੇ ਪਾਸੇ ਧਨੌਲੇ ਵਾਲੀ ਦੀ ਪਾਈ ਹੋਈ ਰੇਡ ਤੇ ਇੱਕ ਪਾਸੇ ਅਰਲੀ ਵਾਲੀ ਦੇ ਗੱਭਰੂ ਦੀ ਕੀਤੀ ਹੋਈ ਕੋਸ਼ਿਸ਼ ਦਾ ਪੁਆਇੰਟ ਜਿਹੜਾ ਧਨੌਲੇ ਦੀ ਟੀਮ ਦੇ ਹਿੱਸੇ ਜੋੜਦਾ ਗੱਭਰੂ ਪੁਆਇੰਟ ਧਾਵੀ ਦੇ ਹਿੱਸੇ ਲਈ ਵਿਚਾਰ ਜੁੜਿਆ ਪੰਜਾਹ ਸਾਲ ਦੀ ਉਮਰ ਵਾਲੇ ਤੇ ਉਸ ਤੋਂ ਉਮਰ ਦੀ ਉੱਪਰ ਦੀ ਉਮਰ ਦੇ ਸੱਜਣ ਕੁੱਕੜ ਫੜਨਾ ਮੁਕਾਬਲੇ ਵਿੱਚ ਭਾਗ ਲੈ ਸਕਦੇ ਆ ਬਸ ਭਾਊ ਵੀ ਹੋਊਗਾ ਪੰਜਾਹਾਂ ਦਾ ਤਾਂ ਹੈਗਾ ਅੰਤਾ ਵੀ ਪੰਜਾਹਾਂ ਦਾ ਤੂੰ ਵੀ ਪੰਜਾਹਾਂ ਦਾ ਭਾਊ ਦਾ ਨਾਂ ਤਾਂ ਲਿਖ ਹੀ ਲਓ ਯਾਰ ਖੇਡ ਮੈਦਾਨ ਵਿੱਚ ਇਸ ਵੇਲੇ ਵੱਧ ਕੇ ਨੌਜਵਾਨ ਨੇ ਕਬੱਡੀ ਪਾਈ ਹੈ ਅਗਲਾ ਮੈਚ ਜੈਤੋ ਤੇ ਸਮਾਲਸਰ ਦੀਆਂ ਟੀਮਾਂ ਨੇ ਖੇਡਣਾ ਪੁਆਇੰਟ ਜਿਹੜਾ ਧਨੌਲੇ ਦੀ ਟੀਮ ਦੇ ਹਿੱਸੇ ਲਈ ਜੁੜਦਾ ਹੋਇਆ ਰਸਾਕਸੀ ਦਾ ਮੈਚ ਵੀ ਆਪਾਂ ਕਰਵਾਉਣਾ ਉਹ ਵੀ ਟੀਮਾਂ ਜਿਹੜੀਆਂ ਤਿਆਰ ਰਹਿਣ ਰਸਾਕਸੀ ਦੀਆਂ ਟੀਮਾਂ ਜਿਹੜੀਆਂ ਬਾਹਰ ਵਾਰਮ ਅਪ ਹੋ ਜਾਣ ਸਮਾਲਸਰ ਦੀ ਟੀਮ ਜਲਦੀ ਗਰਾਊਂਡ 'ਚ ਆਵੇ ਸਮਾਲਸਰ ਜੈਤੋ ਦੀ ਟੀਮ ਜਿਹੜੀ ਆ ਗਈ ਸਮਾਲਸਰ ਦੇ ਸਾਰੀ ਜਿਹੜੇ ਗਰਾਊਂਡ ਦੇ 'ਚ ਆ ਜਾਣ ਸਮਾਲਸਰ ਉਸ ਤੋਂ ਬਾਅਦ ਰਸਾਕਸੀ ਦਾ ਮੈਚ ਕਰਵਾਵਾਂਗੇ ਫਿਰ ਘਾਂਗਾ ਅਤੇ ਮੈਸਰ ਖਾਨੇ ਦੀਆਂ ਟੀਮਾਂ ਦਾ ਮੈਚ ਹੋਣਾ ਉਹ ਵੀ ਟੀਮਾਂ ਜਿਹੜੀਆਂ ਗਰਾਊਂਡ 'ਚ ਆਉਣਗੀਆਂ ਤਾਂ ਇਧਰਲੇ ਪਾਸੇ ਲਓ ਸਾਹਮਣੇ ਦੇਖ ਰਿਹਾ ਵੀ ਪੁਆਇੰਟ ਧਾਵੀ ਦਾ ਮੈਚ ਦੀ ਸਮਾਪਤੀ ਧਨੌਲਾ ਜੇਤੂ ਧਨੌਲੇ ਦੀ ਟੀਮ ਜੇਤੂ ਹੈ ਸਮਾਲਸਰ ਸਮਾਲਸਰ ਦੀ ਟੀਮ ਨੂੰ ਲਾਸਟ ਇੱਕ ਮਿੰਟ ਦੀ ਕਾਲ ਹੈ ਸਮਾਲਸਰ ਟੀਮ ਜਿਹੜੀ ਜਲਦੀ ਗਰਾਊਂਡ ਵਿੱਚ ਆਵੇ ਸਮਾਲਸਰ ਦੀ ਟੀਮ ਇੱਕ ਮਿੰਟ ਦੀ ਕਾਲ ਹੈ ਰਸਾਕਸੀ ਦੀ ਟੀਮ ਵੀ ਆਪਣੇ ਆਪ ਨੂੰ ਤਿਆਰ ਰੱਖਣਾ ਰਸਾਕਸੀ ਦੀਆਂ ਟੀਮਾਂ ਸਮਾਲਸਰ ਦੇ ਖਿਡਾਰੀ ਜਲਦੀ ਆਓ ਜੀ ਸਮਾਲਸਰ ਰਸਾਕਸੀ ਦੀਆਂ ਦੋਨੋਂ ਟੀਮਾਂ ਆਓ ਜੀ ਗਰਾਊਂਡ 'ਚ ਰਸਾਕਸੀ ਦੀਆਂ ਦੋਨੋਂ ਟੀਮਾਂ ਜਲਦੀ ਆਓ ਜੀ ਗਰਾਊਂਡ 'ਚ ਰਸਾਕਸੀ ਦੀਆਂ ਦੋਨੋਂ ਟੀਮਾਂ ਸੁਰਵੀਰੇ ਭੇਜੋ ਵੀ ਆ ਜਾਓ ਫਟਾਫਟ ਹੁਣ ਰਸਾਕਸੀ ਦੀਆਂ ਦੋਨੋਂ ਟੀਮਾਂ ਜਲਦੀ ਗਰਾਊਂਡ 'ਚ ਆਉਣ ਰਸਾਕਸੀ ਔਰ ਰਸਾਕਸੀ ਵਾਲੇ ਵੀਰੇ ਅਸੀਂ ਤੁਹਾਡੀ ਖਾਤਰ ਮੈਚ ਰੁਕਿਆ ਜਲਦੀ ਗਰਾਊਂਡ 'ਚ ਆਓ ਰਸਾਕਸੀ
ਸਮਾਲ ਸਰ ਆਜੋ ਜੀ ਗਰਾਊਂਡ ਚ ਸਮਾਲ ਸਰ ਰੱਸਾ ਕਸੀ ਦੋਨੇ ਟੀਮਾਂ ਜਲਦੀ ਗਰਾਊਂਡ ਚ ਆ ਜਾਣ ਰੱਸਾ ਕਸੀ ਸਮਾਲ ਸਰ ਆ ਜਾਏ ਜੀ ਗਰਾਊਂਡ ਚ ਨਹੀਂ ਤੇ ਫਿਰ ਜੇਤੋ ਦੀ ਰੇਡ ਪਹੁੰਚ ਜਾ ਰਹੇ ਹੈ ਸਮਾਲ ਸਰ ਦੀ ਟੀਮ ਸਮਾਲ ਸਰ ਜੈਤੋ ਪਾਓ ਰੇਡ ਤੇ ਜਾਓ ਜੀ ਜੈਤੋ ਰੇਡ ਪਾਓ ਤੇ ਜਾਓ ਘਾਂਗਾ ਵਰਸਜ ਮੈਸਰ ਖਾਨਾ ਘਾਂਗਾ ਵਰਸਜ ਮੈਸਰ ਖਾਨਾ ਘਾਂਗਾ ਵਰਸਜ ਮੈਸਰ ਖਾਨਾ ਇਹ ਟੀਮਾਂ ਆਓ ਜੀ ਗਰਾਊਂਡ ਚ ਜੈਤੋ ਜੇਤੂ ਹੈ ਜੀ ਜੈਤੋ ਦੀ ਟੀਮ ਜੇਤੂ ਹੈ ਉਹ ਰਾਸ ਲਾਸ ਦਾ ਕੋਈ ਸਿਰਾ ਵੀ ਹੈਗਾ ਹੈ ਰੱਸਾ ਕਸੀ ਦਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਬਰਾੜ ਸਾਹਿਬ ਆ ਮੈਚ ਸ਼ੁਰੂ ਕਰਵਾਓ ਰੱਸਾ ਕਸੀ ਦਾ ਘਾਂਗਾ ਵਰਸਜ ਮੈਸਰ ਖਾਨਾ ਕਬੱਡੀ ਓਪਨ ਦਾ ਮੈਚ ਖੇਡਿਆ ਜਾਣਾ ਹੈ ਘਾਂਗਾ ਵਰਸਜ ਮੈਸਰ ਖਾਨਾ ਗਿੱਦੜ ਵਰਸਜ ਗੁਰੂ ਸਰ ਹਰੀਕੇ ਕਲਾਂ ਵਰਸਜ ਅਲੀਕੇ ਖਾਰਾ ਵਰਸਜ ਪੰਜ ਗ੍ਰਾਈ ਨਾਲ ਹੀ ਘੋਲੀਆ ਵਰਸਜ ਮੁਦਕੀ ਅਕਾਲ ਸਰ ਵਰਸਜ ਗਿਲਜੇਵਾਲਾ ਬਰੀਵਾਲਾ ਵਰਸਜ ਵਾੜਾ ਭਾਈਕਾ ਬਾਦੀਆਂ ਵਰਸਜ ਥਾਂਦੇਵਾਲਾ ਮੂਲਿਆਂ ਵਾਲੀ ਵਰਸਜ ਦੋਦਾ ਕੋਟ ਭਾਈ ਤੇ ਜੰਡਾ ਵਾਲਾ ਵਿੰਦੂਕਾ ਇਹਨਾਂ ਟੀਮਾਂ ਦੇ ਵਿਚਕਾਰ ਜਿਹੜੇ ਕਬੱਡੀ ਓਪਨ ਦੇ ਮੈਚ ਖੇਡੇ ਜਾਣੇ ਹੈ ਇਹ ਟੀਮਾਂ ਜਿਹੜੀਆਂ ਗਰਾਊਂਡ 'ਚ ਆਉਣ ਜਲਦੀ
ਰੱਸਾ ਕਸੀ ਮੈਂ ਜਲਦੀ ਸਟਾਰਟ ਕਰਾਉ ਜੀ ਰੱਸਾ ਕਸੀ ਕਾਂਗਾ ਦੀ ਟੀਮ ਆ ਗਈ ਓਪਨ ਜਿੱਧਰ ਮੈਸਰ ਖਾਨਾ ਟੀਮ ਆ ਗਈ ਹੱਥ ਖੜਾ ਕਰੋ ਮੈਸਰ ਖਾਨਾ ਮਿਹਰਬਾਨੀ ਗਿੱਦੜ ਤੇ ਗੁਰੂ ਸਰ ਉਸ ਅਗਲੀਆਂ ਟੀਮਾਂ ਤਿਆਰ ਰਹੇ ਨੂੰ ਗਿੱਦੜ ਵਰਸਜ ਗੁਰੂ ਸਰ ਖਿਡਾਰੀ ਆ ਵੀ ਬਾਕੀ ਸਾਈਡ ਤੇ ਹੋ ਜੂ ਨੌ ਨੌ ਖਿਡਾਰੀ ਅਲਾਊਡ ਹੈ ਦਸ ਦਸ ਲਾਸ ਬਹੁਤ ਵੱਡੀ ਹੈ ਤਾਂ ਭਾਂਦੀ ਚੌਵੀ ਚੌਵੀ ਕਰ ਲਓ ਇੱਕ ਪਾਸੇ ਰਾਜੇ ਨੇ ਵੀ ਲਾਸ ਖਿੱਚਣੀ ਹੈ ਆ ਬੀਂਡੀ ਪਾਓ ਰਾਜੇ ਦੇ ਤੇ ਮੈਸਰ ਖਾਨਾ ਉਹ ਹੈਲੋ ਇੱਕ ਤਾਂ ਮੈਚ ਖੇਡਣਾ ਤੁਸੀਂ ਗਰਾਊਂਡ ਦੀ ਦਫਾ ਕਿਉਂ ਪੱਟੀ ਜਾਂਦੇ ਹੋ ਟੋਹੇ ਪੱਟ ਕੇ ਖੱਡਾ ਨਾ ਪੱਟੋ ਯਾਰ ਜੇ ਮੈਚ ਖੇਡਣਾ ਖੇਡੋ ਨਹੀਂ ਅਸੀਂ ਮੈਚ ਕੈਂਸਲ ਕਰ ਦੇਣਾ ਉਹ ਭਲਵਾਨ ਜੀ ਕਹੀ ਲਿਆ ਦਿੰਦੇ ਕਮਾਲ ਹੈ ਯਾਰ ਤੁਸੀਂ ਇੱਥੇ ਗਰਾਊਂਡ 'ਚ ਕਬੱਡੀ ਖਿਡਾਰੀਆਂ ਨੇ ਖੇਡਣਾ ਕਿਸੇ ਦੇ ਟੋਹੇ 'ਚ ਪੈਰ ਵੱਜਿਆ ਗਿੱਟਾ ਗੁੱਟਾ ਉੱਤਰ ਜੂਗਾ ਮੈਚ ਕੈਂਸਲ ਕਰ ਦੇਣਾ ਜੇ ਟੋਹਾ ਪੱਟਣਾ ਤਾਂ ਉਹ ਰਹਿਣ ਦੋ ਯਾਰ ਮੈਚ ਰਹਿਣ ਦੋ ਇਹ ਰਹਿਣ ਦੋ ਮੈਚ ਬਾਰ ਬਾਰ ਕਹਿਣ ਦੇ ਬਾਵਜੂਦ ਤੁਸੀਂ ਟੋਹੇ ਪੱਟੀ ਜਾਂਦੇ ਹੋ ਕੋਈ ਗੇਮ ਆ ਉਹਦੇ ਰੂਲ ਹੁੰਦੇ ਆ ਰੂਲ ਤਾਂ ਤੁਸੀਂ ਫਾਲੋ ਨਹੀਂ ਕਰਦੇ ਛੱਪੜ ਚ ਜਾਵੜਦੇ ਆਪਾਂ ਉੱਥੇ ਖਿੱਚ ਲਾਂਗੇ ਬਹੁਤ ਵੱਡੇ ਟੋਹੇ ਹੋਣਗੇ ਉਹ ਚ ਨਾਲੇ ਗੇਮ ਆ ਜੀ ਗੇਮ ਦੇ ਰੂਲ ਤਾਂ ਫਾਲੋ ਕਰੋ ਪਹਿਲਾਂ ਬੈਠੇ ਰਹੋ ਪੱਟ ਤੇ ਰੱਸਾ ਲਾ ਕੇ ਨਾ ਉਹ ਖਿੱਚਣ ਨਾ ਉਹ ਖਿੱਚਣ ਬੈਠੇ ਰਹੋ ਜਗਦੀਪ ਬਰਾੜ ਜੀ ਬਰਾੜ ਸਾਹਿਬ ਜਗਦੀਪ ਬਰਾੜ ਜੀ ਧਿਆਨ ਦਿਓ ਦੋ ਮਿੰਟ ਦਾ ਸੈੱਟ ਹੈ ਸੈੱਟ ਹੈ ਦੋ ਮਿੰਟ ਦਾ ਜਿਹੜੇ ਨੇ ਰੱਸਾ ਜਿੱਧਰ ਵੱਧ ਖਿੱਚ ਲਿਆ ਉਹ ਜੇਤੂ ਹੈ ਦੋ ਮਿੰਟ ਦਾ ਸੈੱਟ ਹੈ ਟਾਈਮ ਨੋਟ ਕਰ ਲਓ ਦੋ ਮਿੰਟ ਦਾ ਸੈੱਟ ਇੱਕ ਮਿੰਟ ਰਹਿ ਗਿਆ ਪਹਿਲੇ ਸੈੱਟ ਦਾ ਇੱਕ ਮਿੰਟ ਬਾਕੀ ਪਹਿਲੇ ਸੈੱਟ ਦਾ ਫਸਟ ਨਾਮ 1100 ਰੁਪਇਆ ਬਲਵਿੰਦਰ ਸਿੰਘ ਭਲੇਰੀਆ ਵੱਲੋਂ ਦਿੱਤਾ ਜਾਣਾ ਹੈ ਰਾਜੇ ਕਿੰਨਾ ਟਾਈਮ ਰਹਿ ਗਿਆ ਦੇਖੀ 30 ਸੈਕਿੰਡ ਬਾਕੀ 30 ਸੈਕਿੰਡ ਬਾਕੀ ਨਾਲੇ ਬੋਕੀ ਨਹੀਂ ਮਾਰਨੀ ਬੋਕੀ ਮਾਰੀ ਜਾਂਦੇ ਹੋ ਬੋਕੀ ਨਹੀਂ ਮਾਰਨੀ 30 ਸੈਕਿੰਡ ਬਾਕੀ ਉਹਦੇ ਚ ਵੀ ਕੁਛ ਸੈਕਿੰਡ ਬਾਕੀ ਹੈ 15 ਸੈਕਿੰਡ ਬਾਕੀ ਜਿੱਧਰ ਰੱਸਾ ਵੱਧ ਖਿੱਚਿਆ ਗਿਆ ਪਹਿਲਾ ਸੈੱਟ ਉਹ ਜੇਤੂ ਹੋਊਗੀ ਟਾਈਮ ਹੋ ਗਿਆ ਜੀ ਟਾਈਮ ਹੋ ਗਿਆ ਬਰਾੜ ਸਾਹਿਬ ਟਾਈਮ ਹੋ ਗਿਆ ਰੱਸਾ ਵਿਚਾਲੇ ਖੜਾ ਗਏ ਕਿਹੜੀ ਟੀਮ ਹੈ ਇੱਧਰ ਕੁੰਡਲ ਕੁੰਡਲ ਇੱਕ ਸੈੱਟ ਜੇਤੂ ਹੈ ਪਹਿਲਾ ਸੈੱਟ ਜਿਹੜਾ ਕੁੰਡਲ ਦੀ ਟੀਮ ਨੇ ਜਿੱਤਿਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ
ਚੰਗੇ ਭਲੇ ਗਰਾਊਂਡ ਦੀ ਦਫਾ ਪਟਾਲੀ ਅਸੀਂ ਰੂਟਾਵੀਟਰ ਲਾ ਕੇ 3 ਅਰੀ ਉੱਤੇ 4 ਅਰੀ ਸੁਹਾਗਾ ਲਾਇਆ ਸੀ ਵੀਰੇ ਰੂਲ ਫਾਲੋ ਕਰਨੇ ਚਾਹੀਦੇ ਹੈ ਪਹਿਲੀ ਗੱਲ ਤੁਸੀਂ ਬੋਕੀਆਂ ਮਾਰੀ ਜਾਂਦੇ ਹੋ ਬੋਕੀ ਅਲਾਊਡ ਨਹੀਂ ਹੁੰਦੀ ਸਿੱਧਾ ਖਿੱਚਣਾ ਹੁੰਦਾ ਹੈ ਉਹ ਵੀ ਪੱਟ ਤੇ ਰੱਸਾ ਨਹੀਂ ਹੁੰਦਾ ਅਸੀਂ ਕਬੱਡੀ ਨਹੀਂ ਕਰਾਉਂਦੇ ਤੁਸੀਂ ਖੜੇ ਰਹੋ ਭਾਵੇਂ ਸਾਰਾ ਦਿਨ ਕੈਂਸਲ ਰੱਸਾ ਕਸੀ ਕੈਂਸਲ ਕੈਂਸਲ ਹੈ ਜੀ ਰੱਸਾ ਕਸੀ ਇੱਕ ਤਾਂ ਜੀ ਗਰਾਊਂਡ ਖਰਾਬ ਕਰੀ ਜਾਂਦੇ ਉੱਤੋਂ ਸਾਡੇ ਤੇ ਰੋਹ ਮਾਰੀ ਜਾਂਦੇ ਆ ਕਾਂਗਾ ਤੇ ਮੈਸਰਖਾਨਾ ਮੈਚ ਕਰਾਓ ਜੀ ਕਾਂਗਾ ਵਰਸਜ ਮੈਸਰਖਾਨਾ ਮੈਚ ਕਰਾਓ ਕਾਂਗਾ ਵਰਸਜ ਮੈਸਰਖਾਨਾ ਮੈਚ ਕਰਾਓ ਮੋਦਕੀ ਦੀ ਟੀਮ ਆਪਣੀ ਐਂਟਰੀ ਫੀਸ ਜਮ੍ਹਾਂ ਕਰਵਾ ਦੇਵੇ ਮੋਦਕੀ ਮੋਦਕੀ ਦੀ ਟੀਮ ਆਪਣੀ ਐਂਟਰੀ ਫੀਸ ਜਮ੍ਹਾਂ ਕਰਵਾ ਦੇਵੇ ਮੋਦਕੀ ਕਰਾਓ ਜੀ ਮੈਚ ਕਾਂਗਾ ਵਰਸਜ ਮੈਸਰਖਾਨਾ ਕਾਂਗਾ ਵਰਸਜ ਮੈਸਰਖਾਨਾ ਮੈਚ ਜਲਦੀ ਸਟਾਰਟ ਕਰਾਓ ਕਾਂਗਾ ਵਰਸਜ ਮੈਸਰਖਾਨਾ ਇਹ ਮੈਚ ਕਾਂਗਾ ਦੀ ਟੀਮ ਜਿਹੜੀ ਖੇਡਦੀ ਹੈ ਪਿੰਡ ਵਾਲੀ ਸਾਈਡ ਹੈ ਕਾਂਗਾ ਮੈਸਰਖਾਨੇ ਦੀ ਟੀਮ ਜਿਹੜੀ ਖੇਡ ਰਹੀ ਹੈ ਸਕੂਲ ਵਾਲੀ ਸਾਈਡ ਹੈ ਮੈਸਰਖਾਨਾ ਲੈ ਮੈਚ ਖੇਡਿਆ ਜਾ ਰਿਹਾ ਕਾਂਗਾ ਵਰਸਜ ਮੈਸਰਖਾਨਾ ਚੱਲ ਵੀ ਗੱਭਰੂ ਪਾ ਵੀ ਕਬੱਡੀ ਖੇਡ ਮੈਦਾਨ ਵਿੱਚ ਦੇਖਣਾ ਵੀ ਇਸ ਵੇਲੇ ਅਗਲੀ ਕਬੱਡੀ ਮੈਸਰਖਾਨੇ ਦੀ ਧਰਤੀ ਦਾ ਗੱਭਰੂ ਵੱਧ ਕਬੱਡੀ ਪਾਉਂਦਾ 4 ਜਾਫੀ ਉਧਰਲੇ ਪਾਸੇ 3 ਜਾਫੀ ਸੋਨੀ ਵਰਗੇ ਲਵਲੀ ਵਰਗੇ ਕਾਂਗਾ ਦੀ ਧਰਤੀ ਦੇ ਦਸ਼ਮੇਸ਼ ਕਬੱਡੀ ਕਲੱਬ ਕਹਿੰਦੇ ਵੀ ਜਲਾਲਾਬਾਦ ਦੀ ਟੀਮ ਦੇ ਲਈ ਅਕੈਡਮੀ ਨੇ ਮੈਚ ਖੇਡਦਾ ਆਮ ਨੌਜਵਾਨ ਸੋਨੀ ਇਸ ਵੇਲੇ ਵੱਧ ਕੋਸ਼ਿਸ਼ ਕਰਦਾ ਹੋਇਆ ਤਾਂ ਪੁਆਇੰਟ ਜਿਹੜਾ ਸੋਨੀ ਆਪਣੀ ਟੀਮ ਦੇ ਹਿੱਸੇ ਜੋੜਦਾ ਦਸ਼ਮੇਸ਼ ਕਬੱਡੀ ਕਲੱਬ ਜਲਾਲਾਬਾਦ ਦੀ ਟੀਮ ਦਾ ਖਿਡਾਰੀ ਅੰਕ ਕਾਂਗਾ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਸਰਦਾਰ ਚੰਨਣ ਸਿੰਘ ਜੀ ਕਾਂਗਾ ਵਾਲੇ ਮੇਰੀ ਵੀਰੇ ਇਸ ਕਬੱਡੀ ਅਕੈਡਮੀ ਦੇ ਲਈ ਬਹੁਤ ਵੱਡੀ ਦੇਣ ਹੈ ਤਾਂ ਸਾਹਮਣੇ ਦੇਖਣਾ ਵੀ ਇਧਰਲੇ ਪਾਸੇ ਵੱਧ ਕੇ ਕਬੱਡੀ ਪਾਈ ਹੈ ਲਓ 4 ਜਾਫੀ ਦੀ ਲੱਗੀ ਚੈਨ ਮੈਸਰਖਾਨੇ ਦੀ ਧਰਤੀ ਤੇ ਦੇਖਣਾ ਵੀ 4 ਜਾਫੀ ਨੇ ਤਾਂ ਉਧਰਲੇ ਪਾਸੇ ਮੁੰਡਾ ਲੱਤੀ ਲੱਗਿਆ ਔਰ ਪੁਆਇੰਟ ਦੇਖਣਾ ਵੀ ਇਸ ਵੇਲੇ ਕਿਹਦੇ ਹਿੱਸੇ ਜਾਣਾ ਅੰਕ ਧਾਵੀ ਦੇ ਹਿੱਸੇ ਅੰਕ ਰੇਡਰ ਦੇ ਹਿੱਸੇ ਦੇ ਵਿੱਚ ਅੱਡ ਉੜਿਆ ਲੋਖਿੰਡ ਮੈਦਾਨ ਵਿੱਚ ਸੋਨੀ ਇਸ ਵੇਲੇ ਬਾਅਦ ਕੋਸ਼ਿਸ਼ ਕਰਦਾ ਮੇਰੀ ਵੀਰੇ ਮਾਰ ਦੋ ਤਾੜੀਆਂ ਲੱਗ ਗਿਆ ਜੱਫਾ ਦੂਸਰਾ ਜੱਫਾ ਕਹਿੰਦੇ ਵੀ ਨਵਜਨ ਸੋਨੀ ਕਾਂਗਾ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਨ ਦੀ ਟਰਾਈ ਕਰਦਾ ਅੰਕ ਜਾਫੀ ਦਾ ਅੰਕ ਕਾਂਗਾ ਦੀ ਟੀਮ ਦੇ ਹਿੱਸੇ ਗਿੱਦੜ ਵਰਸਜ ਗੁਰੂਸਰ ਦੀਆਂ ਟੀਮਾਂ ਜਿਹੜੀਆਂ ਜਲਦੀ ਖੇਡ ਗਰਾਊਂਡ ਵਿੱਚ ਆ ਜਾਣ ਗਿੱਦੜ ਵਰਸਜ ਗੁਰੂਸਰ ਦੀਆਂ ਟੀਮਾਂ
ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਿਆ ਨੇ ਗਿੱਦੜ ਵਰਸੇ ਜੀ ਗੁਰੂ ਸਰ ਦੀਆਂ ਟੀਮਾਂ ਦੋਨੋਂ ਟੀਮਾਂ ਜਲਦੀ ਖੇਡ ਗਰਾਊਂਡ ਦੇ ਵਿੱਚ ਪੁੱਜਿਆ ਨੇ ਗਿੱਦੜ ਵਰਸੇ ਜੀ ਗੁਰੂ ਸਰ ਦੀਆਂ ਟੀਮਾਂ ਜਿਹੜੀਆਂ ਜਲਦੀ ਗਰਾਊਂਡ 'ਚ ਆ ਜਾਣ ਗਿੱਦੜ ਵਰਸੇ ਜੀ ਗੁਰੂ ਸਰ ਦੀਆਂ ਟੀਮਾਂ ਜਲਦੀ ਗਰਾਊਂਡ ਚ ਆਉਣ ਜੀ ਗਿੱਦੜ ਵਰਸੇ ਜੀ ਗੁਰੂ ਸਰ ਹਰੀਕੇ ਕਲਾਂ ਵਰਸੇ ਜੀ ਅਲੀਕੇ ਇਹ ਵੀ ਟੀਮਾਂ ਜਿਹੜੀਆਂ ਗਰਾਊਂਡ ਦੇ ਵੱਲ ਆਉਣ ਮੁਦਕੀ ਦੀ ਟੀਮ ਸਾਡੇ ਕੋਲ ਪਹੁੰਚ ਚੁੱਕੀ ਹੈ ਘੋਲੀਏ ਦੀ ਟੀਮ ਦੇ ਨਾਲ ਮੁਦਕੀ ਦਾ ਮੈਚ ਹੋਵੇਗਾ ਮੁਦਕੀ ਦਾ ਮੈਚ ਸੱਤਵਾਂ ਮੈਚ ਹੈ ਵੀ ਘੋਲੀਏ ਦੀ ਟੀਮ ਦੇ ਨਾਲ ਲਓ ਖੇਡ ਮੈਦਾਨ ਵਿੱਚ ਅਗਲੀ ਡੇਢ ਨੌਜਵਾਨ ਵੱਧ ਕੇ ਪਾਉਂਦਾ ਬਰਾੜ ਸਾਹਿਬ ਜੇ ਵਨ ਸਾਈਡ ਮੈਚ ਹੋਇਆ ਪਹਿਲਾਂ ਚੱਕ ਦਿਓ ਜੇ ਵਨ ਸਾਈਡ ਹੋਇਆ ਮੈਚ ਪਹਿਲਾਂ ਚੱਕ ਦਿਓ ਗਿੱਦੜ ਤੇ ਗੁਰੂ ਸਰ ਦੀਆਂ ਟੀਮਾਂ ਗਰਾਊਂਡ 'ਚ ਆਉਣ ਜੀ ਗਿੱਦੜ ਵਰਸੇ ਜੀ ਗੁਰੂ ਸਰ ਦੀਆਂ ਟੀਮਾਂ ਜਿਹੜੀਆਂ ਜਲਦੀ ਗਰਾਊਂਡ 'ਚ ਆ ਜਾਣ ਗਿੱਦੜ ਵਰਸੇ ਜੀ ਗੁਰੂ ਸਰ ਹਰੀਕੇ ਕਲਾਂ ਵਰਸੇ ਜੀ ਅਲੀਕੇ ਇਹ ਵੀ ਟੀਮਾਂ ਜਿਹੜੀਆਂ ਜਲਦੀ ਗਰਾਊਂਡ ਦੇ ਵੱਲ ਆਉਣ ਖਾਰਾ ਤੇ ਪੰਜ ਗਰਾਈ ਦੀਆਂ ਟੀਮਾਂ ਨੇ ਖੇਡਣਾ ਉਹ ਵੀ ਟੀਮਾਂ ਆਪਣੇ ਆਪ ਨੂੰ ਵਾਰਮ ਅਪ ਰੱਖਣਾ ਅਗਲੇ ਮੈਚਾਂ ਦੇ ਲਈ ਖਾਰਾ ਵਰਸੇ ਜੀ ਪੰਜ ਗਰਾਈ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਚੇਅਰਮੈਨ ਬਸੰਤ ਸਿੰਘ ਜੀ ਸਾਡੇ ਵਿਚਕਾਰ ਪੁੱਜਿਆ ਉਹਨਾਂ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕਰਦੇ ਹਾਂ ਚੇਅਰਮੈਨ ਬਸੰਤ ਸਿੰਘ ਜੀ ਕੰਗ ਜਿਹੜੇ ਆਪਣੇ ਰਜੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਵਿਚਕਾਰ ਪੁੱਜੇ ਹੈ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਹੈ ਅੱਜ ਦੀ ਇਹਨਾਂ ਖੇਡਾਂ ਵਿੱਚ ਵਿਸ਼ੇਸ਼ ਤੌਰ ਤੇ ਵੱਡੇ ਯੋਗਦਾਨ ਹੈ ਚੇਅਰਮੈਨ ਸਰਦਾਰ ਬਸੰਤ ਸਿੰਘ ਜੀ ਕੰਗ ਉੱਥੇ ਨਾਲ ਹੀ ਸਰਦਾਰ ਗੁਰਵਿੰਦਰਪਾਲ ਸਿੰਘ ਜੀ ਟਿੱਕਾ ਜੀ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜੈਨੀ ਜੀ ਦੇ ਜੋ ਪੀਏ ਨੇ ਉਹ ਵੀ ਵਿਸ਼ੇਸ਼ ਤੌਰ ਤੇ ਸਾਡੇ ਵਿਚਕਾਰ ਪੁੱਜੇ ਹੋਏ ਹੈ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਹੈ ਇਸ ਮੈਚ ਵਿੱਚ ਘਾਂਗਾ ਦੀ ਟੀਮ ਜੇਤੂ ਰਹੀ ਹੈ ਘਾਂਗਾ ਇਸ ਮੁਕਾਬਲੇ ਵਿੱਚ ਜੇਤੂ ਰਹੀ